ਜਿਵੇਂ ਜਿਵੇਂ ਧੁੰਦ ਵੱਧਦੀ ਜਾ ਰਹੀ ਹੈ, ਉਦੋਂ ਉਦੋਂ ਪਾਕਿਸਤਾਨ ਵੱਲੋਂ ਭਾਰਤ 'ਚ ਹੈਰੋਇਨ ਦੀ ਤਸਕਰੀ ਦੀ ਘਟਨਾਵਾਂ ਵੀ ਵੱਧਦੀਆਂ ਜਾ ਰਹੀਆਂ ਨੇ। ਇਸੇ ਦੇ ਚੱਲਦਿਆਂ ਇੱਕ ਵੱਡੀ ਖੇਪ ਭਾਰਤ ਨੂੰ ਭੇਜਣ ਦੀ ਕੋਸ਼ਿਸ਼ ਕੀਤੀ ਗਈ, ਪਰ ਬਾਰਡਰ 'ਤੇ BSF ਅਤੇ ਕਾਊਂਟਰ ਇੰਟੈਲੀਜੈਂਸ ਨੇ ਇਸ ਨੂੰ ਨਾਕਾਮ ਕਰ ਦਿੱਤਾ ਅਤੇ ਸੀਮਾ ਪਾਰ ਤੋਂ ਆਈ ਇੱਕ ਪਿਸਟਲ, 11 ਜਿੰਦਾ ਕਾਰਤੂਸ, ਇੱਕ ਮੈਗਜ਼ੀਨ ਅਤੇ 22 ਕਿਲੋਗ੍ਰਾਮ ਹੀਰੋਇਨ ਅਤੇ ਪਾਕਿਸਤਾਨ ਸਿਮ ਨੂੰ ਫੜਨ 'ਚ ਸਫਲਤਾ ਹਾਸਲ ਕੀਤੀ ਹੈ। ਔਰ BSF ਕਾ ਔਰ ਹਮਾਰੀ ਜੋ ਸਾਮਾਨਿਆ ਸਾਕਾ ਜੀ ਬ੍ਰਾਂਚ ਮਿਲ ਕੇ ਜੁਆਇੰਟ ਆਪਰੇਸ਼ਨ ਕੀਆ ਥਾ ਔਰ ਉਸਮੇ ਦੋ ਟੀਮ ਮੇਂ ਹਮਾਰਾ ਜੋ ਹੈ ਡੋਮਿਨੇਸ਼ਨ ਥਾ, ਫੈਂਸਿੰਗ ਕੇ ਸਾਥ ਮੇਂ BSF ਥੀ ਔਰ ਪੀਛੇ ਜੋ ਹੈ CI ਥੀ, ਉਨ੍ਹੋਂਨੇ ਆਪਣੇ ਪਾਰਟੀ ਲਗਾ ਰੱਖੀ ਥੀ ਔਰ ਇਸ ਆਪਰੇਸ਼ਨ ਮੇਂ ਜੋ ਹੈ ਵੋ ਯੇ ਜੋ ਮੈਨੇ ਬਤਾਇਆ 22 ਕਿਲੋ 22 ਪੈਕਟ ਸਸਪੈਕਟਡ ਹੀਰੋਇਨ ਕੇ ਰਿਕਵਰ ਹੋਏ ਹੈ ਜੋ ਕਿ ਲਗਭਗ 22 ਕੇਜੀ ਕੇ ਆਸਪਾਸ ਹੈ, ਇੱਕ ਪਿਸਟਲ ਔਰ ਇੱਕ ਮੈਗਜ਼ੀਨ ਔਰ 11 ਰਾਊਂਡ ਔਰ ਪਾਕਿਸਤਾਨ ਕੀ ਇੱਕ ਸਿਮ ਬਰਾਮਦ ਹੋਈ ਹੈ। ਸਾਡੇ ਕੋਲ ਸੀਗਲ ਇਨਫੋਰਮੇਸ਼ਨ ਸੀਗੀ, ਉਹ ਸੀਕਰਟ ਇਨਫੋਰਮੇਸ਼ਨ 'ਤੇ ਅਸੀਂ ਕੇਸ ਰਜਿਸਟਰ ਕਰਕੇ BSF ਨਾਲ ਫਿਰ ਤਾਲਮੇਲ ਕੀਤਾ ਜੀ। ਉਹ BSF ਦੇ ਬੜੀ ਸਾਡੇ ਨਾਲ ਬੜਾ ਸਹਿਯੋਗ ਕਰਕੇ BSF ਨੇ ਬੜੀ ਮਿਹਨਤ ਨਾਲ ਮਤਲਬ ਜਿਹੜਾ ਸਿਰੇ ਚੜਿਆ ਐਡੀ ਵੱਡੀ ਰਿਕਵਰੀ ਕੀਤੀ ਆ ਅਤੇ ਇਨਫੋਰਮੇਸ਼ਨ ਮਤਲਬ ਸਾਡੀ ਸੀਗੀ ਵੀ ਇਹ ਆਉਣੀ ਹੈ, ਕੰਸਾਈਨਮੈਂਟ ਇੱਥੋਂ ਦੀ ਆਉਣੀ ਹੈ, ਇੱਧਰ ਬੰਦੇ ਇੱਧਰ ਲੈਣ ਆਉਣਗੇ ਉੱਧਰ ਆਉਣਗੇ। ਉਹਨਾਂ ਨੇ DI ਸਾਹਿਬ ਨਾਲ ਕਮਾਂਡੈਂਟ ਸਾਹਿਬ ਨਾਲ ਸ਼ੇਅਰ ਕੀਤੀ, ਇਹਨਾਂ ਨੇ ਉਸ ਮੁਤਾਬਕ ਆਪਣੀ ਸਾਰੀ ਫੋਰਸ ਵਗੈਰਾ ਲਾਈ, ਉਹਦੇ ਮੁਤਾਬਕ ਇਹ ਸਾਰੀ ਕਾਰਵਾਈ ਹੋਈ ਹੈ। ਫਿਰੋਜ਼ਪੁਰ ਤੋਂ ਰਤਨ ਲਾਲ ਦੀ ਰਿਪੋਰਟ, ਚੈਨਲ 2।